स्वागत है किसान वीरो तुहाडा अपने YouTube चैनल ढिलो डेयरी फार्म बरनाला दे विच। सो जिहड़े किसान वीर अपने इस YouTube चैनल ते वीडियो पहली बार देख रहे हैं उन्हें रिक्वेस्ट है कि अपने YouTube चैनल नूं सबसक्राइब कर लियो। सो किसी भी वीर ने इदां दी ऐड करवाउणी होवे तां मेरा मोबाइल नंबर है 84270198817। अज दी वीडियो विच आपां तुहानूं 7-8 दिखावांगे झोटियां सूईयां सवाईयां नीली रावी मोहरा ते 4 दिखावांगे बैड़ां। बैड़ा दुध 30 किलो तो लैके 55 किलो दुध तक एक गब्बना ते 3 खड़ियां सूईयां दा रेट कल्ले कल्ले नाग दा वीडियो दे विच होगा। आओ के वीर नाल करिए गलबात। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਨਾਮ ਗੁਰਦੀਪ ਸਿੰਘ ਬਾਈ, ਪਿੰਡ ਢਕਾਲੀ, ਜ਼ਿਲ੍ਹਾ ਬਠਿੰਡਾ, ਤਹਿਸੀਲਪੁਰ। ਤੇ ਮੋਬਾਈਲ ਨੰਬਰ ਜੀ ਆਪਣਾ? 7475711525 ਬਾਈ। 7475711525 11525। ਅੱਜ ਆਪਾਂ ਤੇਰੀ ਦੂਜੀ ਵੀਡੀਓ ਕਵਰ ਕਰਨ ਲੱਗੇ ਆ। ਪਹਿਲੇ ਵੀਡੀਓ ਤੇ ਬਹਿ ਗਏ ਪਸ਼ੂ ਸਾਰੇ ਆਪਣੇ, ਉਸ ਤੋਂ ਬਾਅਦ ਇੱਕ ਗੱਡੀ ਹੋਰ ਵੇਖੀ ਬਾਈ, 7 ਝੋਟੀਆਂ ਦੀ। ਠੀਕ ਹੈ, ਇੱਕ ਵੀਡੀਓ ਆਪਣੇ ਕਹਿੰਦਾ ਬਾ 13-14 ਨਗ ਪਕਾ ਗਈ। ਹੋ ਗਿਆ ਬਾਈ 13-14 ਨਗ। ਹਾਂ ਬਾਈ ਠੀਕ ਹੈ। ਤੇ ਵਧੀਆ ਰਿਸਪੌਂਸ ਮਿਲਿਆ? ਬਹੁਤ ਵਧੀਆ ਬਾਈ, ਵੱਡੀ ਗੱਲ ਤਾਂ ਦੇਖ ਭਰਾ, ਜੇ ਆਪਾਂ ਸੱਚ ਬੋਲਾਂਗੇ ਸੱਚ ਵਿਕੂ ਯਾਰ। ਦਿੱਤੀਆਂ ਫਿਰ ਤੋਲ ਤੋਲ ਦੁੱਧ ਜਮਾਂ ਬਾਈ ਕੰਡੇ ਦੇ ਧਰ ਧਰ ਕੇ, ਜਿਹੜੇ ਭਰਾ ਲਗਾਏ ਨੇ ਉਹਨਾਂ ਤੋਂ ਵੀ ਬੰਦਾ ਪੁੱਛ ਸਕਦਾ, ਆਪਾਂ ਵਿੱਚ ਨੰਬਰ ਦੱਸ ਦੇਵਾਂਗੇ। ਪਹਿਲੇ 5 ਮਿੰਟਾਂ 'ਚ ਮਈਆਂ ਵੇਖ ਗਈਆਂ ਸੀ ਬਾਈ। ਠੀਕ ਹੈ, ਬਾਕੀ ਪਸ਼ੂ ਵੀ ਤੇਰੇ ਸਾਫ ਸੁਥਰੇ ਸੀ? ਬਹੁਤ ਚੰਗੀਆਂ। ਜਿਹੜੇ ਅੱਜ ਫਿਰ ਪਸ਼ੂ ਸਾਰੇ ਫਿਰ ਉਧਰਲੇ ਆ ਜਾਂ ਆਪਣੇ ਲੋਕਲ? ਨਹੀਂ ਬਾਈ, ਮਈਆਂ ਸਾਰੀਆਂ ਹਰਿਆਣੇ ਦੀਆਂ ਯਾਰ। ਆ ਮੈਂ ਰਿਕਾਰਡ ਦੀ ਨੱਥੂ ਵਾਲੇ ਗਰਬੀ ਤੋਂ ਲਈ ਆ, ਜਿਹੜੀ ਨੀਲੀ ਰਾਵੀ ਆ। ਠੀਕ ਹੈ, ਹਾਂਜੀ ਇਹ ਆਈ ਵੀ ਨੱਥੂ ਵਾਲੇ ਗਰਬੀ ਤੋਂ। ਹਾਂ ਬਾਈ, ਹਾਂ। ਤੇ ਬਾਕੀ ਮੰਨ ਕੇ ਚਲੋ ਉਧਰ ਆਈਆਂ ਵੀ ਆ ਸਾਰੀਆਂ ਮਈਆਂ। ਪਹਿਲੇ ਨੰਬਰ ਤੇ ਆਪਾਂ ਇਹ ਤੋਂ ਸਟਾਰਟ ਕਰਦੇ ਆਂਗੇ। ਇਹ ਝੋਟੀ ਕਿਹੜਾ ਸੂਆ ਸੂਈ ਵੀ ਆ? ਇਹ ਤੀਜਾ ਸੂਆ ਬਾਈ। ਤੀਜਾ ਸੂਆ ਸੂਈ ਆ? ਕਿੰਨੇ ਦਿਨ ਹੋ ਗਏ ਸੂਈ ਨੂੰ? ਇਹਨੂੰ ਬਾਈ ਸੂਈ ਨੂੰ ਹੋ ਗਏ 6-7 ਦਿਨਾਂ, ਜਿਵੇਂ ਵਿੱਚ ਭਰਾ ਹਨਾ ਦੁੱਧ ਵਾਲੀਆਂ ਮੱਝਾਂ ਪਾਲ ਦੀ ਹੋਣੀ ਜਿੰਨਾ। ਠੀਕ ਹੈ, ਤੇ ਨਾਰਮਲ ਭਾਲ ਲਾਉਣ ਵਾਲੇ ਵਧੀਆ 14-15 ਕਿਲੋ ਦੁੱਧ ਵਾਲੀ ਹੈਗੀ ਆ ਬਾਈ। ਤੀਜਾ ਸੂਆ ਸੂਈ ਵੀ ਬੱਚਾ ਮਗਰ ਕੀਆ ਗਿਆ? ਕੱਟੀ ਭਰਾ ਮਗਰ ਕੱਟੀ ਚੋ। ਹੁਣ ਦੁੱਧ ਕਿੰਨਾ ਇਸ ਵਕਤ? ਹੁਣ 12 ਕਿਲੋ ਚੋਣ ਦਾ ਬਾਈ, ਬੱਚੇ ਤੋਂ ਬਿਨਾ ਸਾਰਾ 13 ਹੋਊਗਾ। 12 ਕਿਲੋ ਨਿਬੜੂਗਾ ਕੰਡੇ ਉਹਦਾ ਬਾਈ, ਜਦ ਦੁੱਧ ਦਾ ਆਪਣਾ ਸੱਚਾ ਉਹ ਪਿਆ ਉੱਥੇ ਧਰ ਧਰ ਵਾਲਾ ਦੇਖ ਲੈ ਹਨਾ। ਠੀਕ ਹੈ, ਇਹ ਜੇ ਆਪਾਂ ਰੇਟ ਦੀ ਕਰੇ, ਰੇਟ ਵੇਚਣ ਵਾਲੇ ਕਰ ਰਹੇ ਆ, ਫਾਲਤੂ ਰੇਟ ਦੇ ਮਗਰਾਂ ਬਾਈ ਯਾਰ। ਅੱਗੇ ਲੋਕਾਂ ਦਾ ਮਾਨ ਤਾਨ ਕਰਿਆ ਜਿੰਨੇ ਆਏ ਨੇ, ਕੋਈ ਆਪਾਂ ਨਜਾਇਜ਼ ਮੁੱਲ ਨਹੀਂ ਸੀ ਪਾਇਆ। ਠੀਕ ਆ, ਠੀਕ ਹੈ। ਤੇ ਬਾਕੀ ਅਗਲੀ ਜੀ ਆਪਾਂ ਆਪਣੀ ਸਮਝ ਕੰਮ ਕਰਦੀ ਹੁੰਦੀ ਆ, ਜੇ ਹੁਣ ਆਪਾਂ ਇਹਦੇ ਦੂਜੇ ਨੂੰ ਮੰਗੀ ਜਾਵਾਂਗੇ ਫਾਇਦਾ ਕੀ? ਇਹਦਾ ਭਾਅ ਕੀ ਰੱਖਿਆ ਆਪਾਂ? 1-5 ਦੀ ਦੇਵਾਂਗੇ, ਮੁੱਲ ਨਹੀਂ ਕਰਨਾ ਬਾਈ ਯਾਰ। ਧੋਰ ਦੀ ਬਾਤ, ਚੋਣ ਜਵਾ ਧਾਰਾ ਤੁਰ ਇੱਕ ਨੰਬਰ ਬਾਈ ਯਾਰ। ਜੇ ਚੋਣ ਜਵਾ ਦੀ ਗੰਢ ਮੋੜੀ ਭੂਰ ਸਰਲਾ ਨਿਕਲ ਗਈ, ਅਗਲੇ ਨੂੰ 1 ਦੀ ਬਜਾਏ 2 ਦੇ ਕੇ ਤੋਰੂੰਗਾ ਇਥੋਂ, ਇਹ ਸ਼ਰਤ ਆ ਆਪਣੀ। ਜੈ ਜੈ ਗੱਲ। ਸੋ ਵੀਰੋ, ਸਿੰਘ ਮੂੰਹ ਮੱਥਾ ਦੇਖ ਸਕਦੇ ਹੋ, ਸਾਫ ਸੁਥਰੀ ਰਾਜੀ ਸੰਮੀ ਬੜੀ ਵੀ। ਤੀਜਾ ਸੂਆ ਮੈਂ ਸੂਈ ਵੀ ਆ, ਮਗਰ ਹੈਗੇ ਪਿੱਛੇ ਤੇ ਕੱਟੀ। 13 ਕਿਲੋ ਤੋਂ ਬਾਹਰ ਵਾਲਾ ਦੁੱਧ ਕੰਡੇ ਵਾਲਾ ਜਮਾਂ ਹਾਜ਼ਰ ਆ ਜਮਾਂ। 1,05,000 ਦੀ ਵੀਰ ਕਹਿੰਦਾ ਦੇਣੀ ਆ, ਮਗਰ ਕੱਟੀ ਆ ਤੇ ਚੋਣ ਚਵਾ ਦੀ ਬਿਲਕੁਲ 1 ਨੰਬਰ ਆ। ਤੇ ਸਵੇਰ ਦਾ ਟਾਈਮ ਆਪਾਂ ਦੱਸਦੇ, ਚਵਾਈ ਇਹਨਾਂ ਦੀ ਹਜੇ ਕਰਨੀ ਆ ਹਨਾ? ਨਹੀਂ ਕਰਨੀ ਆ, ਰਾਤ ਬਾਈ ਲੇਟ ਕਰੀ ਆ ਇਹਨਾਂ ਦੀ ਆਪਾਂ ਚਵਾਈ, 9:30-10 ਵਜੇ ਕਰੀ ਫਿਰੇ ਘਰ ਦੇ ਵਿੱਚ, ਪਤਾ ਕੀ ਆ। ਠੀਕ ਹੈ, ਦੂਰੋਂ ਬੰਦੇ ਆਉਂਦੇ ਆ ਉਹਦਾ ਫਾਇਦਾ ਕੀ ਆ? ਹੁਣ ਆਪਾਂ ਮੰਨ ਕੇ ਚਲੋ ਬੱਚਾ ਪਹਿਲਾਂ ਤਾਂ ਲਾਇਆ ਵਸਲੇ ਬਹਿ ਉਸਦੇ ਹੀ ਗਏ ਹਨਾ, ਮਰਾ ਕੁਝ ਵੀ ਨਹੀਂ ਲਾਇਆ ਬਾਈ ਯਾਰ, ਉਹਨੂੰ ਬੱਚੇ ਕਿਹਨੇ ਕਰਾ ਵਿਚਾਰੀਆਂ ਕਰਨ ਵਾਲਾ। ਜੈ ਜਗਲਾ, ਪਰ ਇਹ ਨਸਲ ਜਾਤ ਦਾ ਵੱਟਾ ਪੈਂਦਾ। 1,05,000 ਦੀ ਤੇ ਚੋਣ ਜਵਾ ਦੇਖੋ ਜਮਾਂ ਕਰਨੇ ਵਰਗਾ। ਪਾ ਠੀਕ ਆ ਵੀਰੇ, ਓਕੇ ਆ ਜਮਾਂ। ਭਰਾ ਯਾਰ ਇਹ ਚੀਜ਼ਾਂ ਤੂੰ ਦੇਖੀ ਵੀ, ਇਹ ਜੀਆਂ ਮਈਆਂ ਡੰਗ ਛੱਡੀਆਂ ਹੁਣ ਤਾਂ ਪਤਾ ਨਹੀਂ। ਅੱਗੇ ਨੱਥੋ ਵਾਲਾ ਘਰ ਵੀ ਜਿੱਥੇ ਸਟਾਰ 1-2 ਜਿਹੜੇ ਫਾਂ ਖੜੇ ਆ ਹਨਾ। ਹਾਂ ਬਾਈ, ਲੰਡਾ ਸਾਣ ਵੀ ਜਿੱਥੇ ਰਹਿ ਕੇ ਗਿਆ ਵਾ ਉਸ ਪਿੰਡੋਂ ਆਈ ਆ। ਬਾਹਲੇ ਨਾਮੀ ਬਈਆਂ ਤੋਂ ਮੈਂ ਲਈ ਆ ਭਰਾ, ਉਹਨਾਂ ਦਾ ਪਰਿਵਾਰ ਨੇ ਬਾਹਰ ਜਾਣਾਗਾ ਸਾਰੇ ਨੇ। ਠੀਕ ਹੈ, ਉਹ ਕਹਿੰਦੇ ਇੱਕ ਸਮਾਂ ਕੀ ਗਿਆ, ਕਹਿੰਦੇ ਚੰਗੇ ਬੰਦੇ ਨੂੰ ਦੇ ਦੇਣੀ ਭਰਾ ਯਾਰ। ਕਹਿਮਾ ਦਿਨ ਸੂਈ ਨੂੰ ਹੋ ਗਿਆ ਹੁਣ ਬਾਈ? ਸੂਈ ਨੂੰ ਹੈਗਾ ਕਹਿੰਦੇ 15-16 ਦਿਨ। ਠੀਕ ਹੈ, ਪਰ ਐ ਲਾ ਲਾ ਵੀ ਸਾਰਾ ਦੁੱਧ ਚੁੰਗ ਕੇ ਬੱਚਾ ਪਲਿਆ ਵਾ, ਬੱਚਾ ਮਗਰ ਕਟਾ ਗਿਆ ਨਾ। ਮਗਰ ਕਟਾ ਬਾਈ, ਇਹ ਨਹੀਂ ਪਤਾ ਕਿਹੜੇ ਸਾਨ ਦਾ ਹਨ ਬਾਈ। ਉਹਨੇ ਦੱਸਿਆ ਸੀ ਯਾਰ, ਇਹਨਾਂ ਧਿਆਨ ਦੇ ਦਿੰਦਾ, ਕਿਉਂ ਆਪਾਂ ਲੋਕਾਂ ਨੂੰ ਝੂਠ ਮਾਰਨਾ ਹੋਵੇ ਐਵੇਂ ਕਹੀ ਜਾਈਏ, ਆਪਾਂ ਉਸੇ ਦਾ ਬੱਚਾ ਕਹਿ ਦਈਏ, ਮੈਂ ਕੋਈ ਹੋਰ ਹੋਵੇ ਤਾਂ। ਪਰ ਮੈਂ ਹੀ ਦੱਸ ਦਿਆਂ ਜਿਹੜੇ ਪਿੰਡੋਂ ਆਈ ਆ ਉਹ ਨੀਲੀ ਰਾਵੀ ਦਾ ਗੜ ਆ ਜਾਵਾਂ ਜਮਾਂ ਬਾਈ ਖਾਸ। ਤੇ ਇਹਦੇ ਆਪਾਂ ਥਾਣਾ ਥੋੜਾ ਦੀ ਗੱਲ ਕਰੀਏ, ਥਾਣ ਤੁਹਾਨੂੰ ਬੜੇ ਓਕੇ ਆ ਜਾਵਾਂ ਬਾਈ ਯਾਰ। ਲੋਕ ਬੱਲੀਆਂ ਨੂੰ ਨੀਲੀਆਂ ਰਾਵੀਆਂ ਕਹਿੰਦੇ ਨੇ, ਖੱਬੀ ਨਾਸ਼ ਦੇਖ ਲਾ। ਠੀਕ ਹੈ, ਜਿਹੜੀ ਦਿਖਾਉਣ ਵਾਲੀ ਚੀਜ਼ ਆ, ਖੱਬੀ ਨਾਸ਼ ਅੱਖਾਂ ਵਿੱਚ ਦੇਖ ਭਰਾ, ਪੈਰ ਤੇ ਸਾਰੀ ਲਾ ਸੂਏ ਕੋ ਜਿਹੜ ਲਾ, ਆਹ ਚੀਜ਼ਾਂ ਦੇ ਸੂਏ ਦੇ ਨਿਸ਼ਾਨ ਫੁੱਲ ਆ। ਇਹ ਨਹੀਂ ਕੁਤਰਾ ਕੇ ਕਹਿ ਸਕਦਾ ਵੀ ਮੈਂ ਯਾਰ ਬਰੀਡ ਚ ਨਹੀਂ ਗਈ। ਸੂਈ ਤਾਂ ਹੋ ਗਿਆ ਲੱਗਦਾ 15-17 ਦਿਨ ਹਨਾ। 16 ਦਿਨਾਂ ਬਾਈ ਯਾਰ, ਰਿਕਾਰਡ ਆ, ਮੈਂ ਤਾਂ ਰਿਕਾਰਡ ਦੇ ਦਾਂਗੇ ਇਹ ਘਰ ਦਾ। ਅੱਛਾ, ਤੈਨੂੰ ਭਰਾ ਜੇ ਰੱਬ ਸ਼ੁਕਰ ਕਰੇ ਜਿਹੜਾ ਬੰਦਾ ਇਹਨੂੰ ਲੈਣ ਆਊਗਾ ਉਹਨੂੰ ਸਰਟੀਫਿਕੇਟ ਵੀ ਦਵਾਉਂ ਇਹ ਘਰ ਦੇ ਮੈਂ ਮਈਆਂ ਦੇ। ਹੁਣ ਇਹ ਸੂਆ ਕਿਹੜਾ ਸੂਈ ਆ? ਸੂਆ ਤੀਜਾ ਬਾਈ, ਐਵੇਂ ਦੂਜਾ ਕਹਿਣ ਦਾ ਫਾਇਦਾ ਕੋਈ, ਤੀਜਾ ਸੂਆ ਜਵਾਨ ਹੋਈ ਵੀ ਦੰਦੋ ਦੰਦੋ ਜਵਾਨ ਆ ਬਾਈ, ਨਾ ਪੱਟ ਕੇ ਦੇਖੀ ਆ। ਪਰ ਇੱਕ ਕਿ ਤੈਨੂੰ ਗੱਲ ਦੱਸਦਾ ਵੀ ਕਰਮਾਂ ਵਾਲੀ ਜਿਵੇਂ ਖਾਣ ਪੀਣ ਨੂੰ ਖੁੱਲੀ ਆ, ਦੁੱਧ 'ਚ ਪਤਾ ਨਹੀਂ ਕੀ ਕਰਦੇ। ਹੁਣ ਕਿੰਨਾ ਚੋਣ ਵਾਲਾ? ਹੁਣ ਬਾਈ 17 ਕਿਲੋ ਦੁੱਧ ਆ, ਪਰ ਆਪਾਂ ਸਫਰ ਆਈ ਕਰਕੇ 17 ਨਹੀਂ ਕਹਿੰਦੇ, ਵੀ 16 ਮੰਨ ਕੇ ਜਿਹੜਾ ਭਰਾ ਮਰਜ਼ੀ ਲੈ ਜੇ 16 ਕਿਲੋ ਦੁੱਧ। ਬਿਲਕੁਲ ਬਾਈ, ਦੁੱਧ ਹੋਊ ਤਾਂ ਬੱਚਾ ਬੋਲੂ, ਐਵੇਂ ਉਹ ਗੱਲ ਤਾਂ ਹੈ ਨਹੀਂ। ਦੇਖ ਹੁਣ ਕੀ ਬੰਦਾ ਚੋਊਗਾ ਕੀ ਕਰੂ ਹਨਾ, ਤੈਨੂੰ ਇੱਕ ਦੱਸਦੇ ਜੀ 8 ਕਿਲੋ ਟਾਈਮ ਦਾ ਚੋਕੇ ਤੋਰੀ ਇਹਨੂੰ ਬਾਹਰ ਨੂੰ ਤੇ ਮੈਂ ਤੋਰੀ। ਸੋ ਵੀਰੋ, ਲੇਵਾ ਦੇਖੋ ਸੋਹਣਾ ਸਾਫ ਸੁਥਰਾ, ਤੇ ਬਾਕੀ ਮੇਨ ਗੱਲ ਨਿਸ਼ਾਨੀਆਂ ਵਗੈਰਾ ਸਾਰੇ ਕਵਰ ਕਰਦੀ ਆ, ਤੇ ਪਤਲੀ ਚਮੜੀ ਦੇ ਵਿੱਚ ਨੀਲੀ ਰਾਵੀ ਦੇ ਵਿੱਚ ਉਹ ਨਹੀਂ ਗੱਲ ਤੇ ਵੀ ਮੂਹਰੇ ਕੁੰਬੜਾ ਜਾ ਹੋਵੇ, ਤੇ ਪਤਲੀ ਸਕਿਨ
ਕੋਕਾ ਵਿੱਚ ਧਾਰਾਂ ਪੈ ਜਾਏ ਵੀ ਮਾਰ ਕੇ ਦਿਖਾ ਦਿੰਦੇ ਹਾਂ ਤੇ ਨਿਸ਼ਾਨੀ ਵਗੈਰਾ ਸੂਤ ਵੀ ਸਾਰੇ ਨਿਸ਼ਾਨੀਆਂ ਕਵਰ ਕਰਦੀ ਆ ਹਨਾ ਯਾਰ ਬਾਕੀ ਗੱਲ ਭਰਾ ਜਿੱਡਾ ਕਮਾਇਆ ਤਾਂ ਮੁੱਲਾ ਕੋਈ ਬੰਦਾ ਬੱਚਾ ਸਾਂਭਲੇ ਬਾਹਲੀ ਗੱਲ ਤਾਂ ਆਪਾਂ ਕਹਿੰਦੇ ਜਿੰਨੇ ਦੇ ਹੱਥ ਮਹਿਲ ਜਾਊ ਉਹਨੇ ਦਾ ਬੱਚਾ ਲੈ ਜੂ ਤੇ ਸੂਈ ਨੂੰ ਸੋਣਾ 17 ਦਿਨ ਹੋ ਗਿਆ 17ਵਾਂ ਦਿਨ ਬਾਈ ਜਮਾ ਯਾਰ ਚਵਾਈ ਜੀ ਓਕੇ ਆ ਬਾਈ ਜੇ ਚਵਾਈ ਤਾਂ ਕੋਈ ਦੇਖ ਧਾਰ ਵੀ ਨਾ ਮਾਰੇ ਨਾ ਆਪਾਂ ਚਵਾਈ ਦੀ ਮਾੜੀ ਲਈ ਆ ਨਾ ਲੈਣੀ ਆ ਭਰਾ ਸਵਰ ਚੋਣ ਪਸਮਾ ਦੇਖੋ ਪਹਿਲਾਂ ਮੈਂ ਬੈਠ ਮੈਂ ਦਾ ਝੋਟੀ ਜਮਾ ਕਿਆ ਬਤਾ ਤੇ ਥੜ ਪਸਮਾ ਕੇ ਵੀ ਨਹੀਂ ਕੋਲੇ ਕਰਿਆ ਇਹਨੇ ਹਨਾ ਮਾਂ ਨਾ ਬਾਈ ਯਾਰ ਮੁੱਠੀ ਐ ਪਾਈ ਜਾਵੇ ਬੰਦਾ ਤੇ ਕੋਈ ਸਾਈਡ ਨਹੀਂ ਕੋਈ ਹੋਰ ਨਹੀਂ ਧਾਰਾ ਮਾਰ ਦੇ ਪਹਿਲਾਂ ਇਹ ਲੈ ਬਾਈ ਯਾਰ ਚਾਹੇ ਸਵਾਹ ਦੇਖੋ ਜਮਾ ਨੀਲੀ ਦਾ ਵੀ ਮੈਂ ਨਸਲ ਜਾਤ ਵਾਲੀ ਇਹਨੂੰ ਕਹਿੰਦੇ ਚੋਣ ਜਮਾ ਮੱਸੀ ਮੋਟਰ ਜਮਾ ਮੂੰਹ ਨਸਲਾਂ ਜਮਾ ਮਾਰਦੀ ਧਾਰਾ ਇਹਦੇ ਤੇ ਚੋਣ ਜਾਣ ਦੀ ਪੂਰੀ ਇੱਕ ਨੰਬਰ ਓਕੇ ਆ ਜਮਾ ਜਿਹੜਾ ਮਰਜ਼ੀ ਭਰਾ ਲੈ ਜੇ ਬਾਈ ਜਿੰਨੇ ਦੀ ਅੱਜ ਮਹਿਲ ਜਾਊ ਉਹਨੇ ਦਾ ਬੱਚਾ ਵਿਕੂਗਾ ਇਹਦੇ ਯਾਦ ਰੱਖੂਗਾ ਪਹਿਲੇ 5-4 ਮਿੰਟਾਂ ਵਿੱਚ ਲੋਏ ਮੈਂ ਵਿਕੂਗਾ ਮੜੇ ਹੱਕ ਗਿਆ ਇਹਨੂੰ ਕਰੀ ਇਹਨੂੰ ਲੈ ਗਿਆ ਲੈ ਗਿਆ ਬਾਕੀ ਜਿਹੜਾ ਸੋਚਦਾ ਰਹੇਗਾ ਉਹ ਪਛਤਾਊਗਾ ਤੇ ਬਾਕੀ ਬੈਕ ਸਾਈਡ ਤੇ ਬਟਨ ਵੀ ਦਿਖਾਈ ਦਿੰਦੇ ਹਨਾ ਵੱਡੇ ਭਾਈ ਯਾਰ ਕਿਹੜਾ ਮਰਜ਼ੀ ਵੀਰ ਲੈ ਗਿਆ ਤੈਨੂੰ ਦੱਸਦਾ ਵੀ ਉਹ ਹੋਰ ਪਾਸੇ ਮੈਂ ਲੈਣ ਨਹੀਂ ਜਾਊਗਾ ਕਿੰਨਾ ਦੁੱਧ ਆ ਹੁਣ ਥੱਲੇ ਬਾਈ ਆਪਾਂ 17 ਨਹੀਂ ਕਹਿੰਦੇ 15-16 ਕਿਲੋ ਬੰਦਾ ਖੁੱਲਾ ਚੋ ਕੇ ਲੈ ਜੇ ਨਾ ਇਹ ਨਹੀਂ ਵੀ ਆਏ ਬੰਦੇ ਨੂੰ ਇੱਥੇ ਕਹਿੰਦਾਗੇ ਨਿੱਕੀ ਜੀ ਬਾਲਟੀ ਫੜਾ ਦੇਵਾਂਗੇ ਪਲਾਜੋ ਜਿੱਡੀ ਹੋ ਮਹਾ ਯਾਰ ਬਾਈ ਯਾਰ ਬੋਡੇ ਜਿੱਡੀ ਬਾਲਟੀ ਦੇਵਾਂਗੇ ਠੀਕ ਹੈ ਤੇ ਇਹਦਾ ਭਾਅ ਕੀ ਕਰਿਆ ਬਾਈ ਯਾਰ ਦੇਖ ਮੇਰਾ ਵੀਰ ਕੋਈ ਉਹਦਾ ਫੋਨ ਨਾ ਲਾਵੇ ਜਿਹਨੇ ਲੈਣਾ ਸਵਾਦ ਉਹ ਗੱਲਾਂ ਦਾ ਕੋਈ ਫਾਇਦਾ ਨਹੀਂ 1,52,000 ਦੀ ਮੈਂ ਦੇਵਾਂਗੇ 2,000 ਰੁਪਇਆ ਛੱਡਾਂਗੇ 1.5 ਲੱਖ ਹੀ ਦੇਵਾਂਗਾ ਡੂੜਾ ਦਾ ਫੋਨ ਵੀ ਨਾ ਲਾਵੇ ਬਾਈ ਜਿਹੜੇ ਨੇ ਛੋੜ ਚੱਕਣੀਆਂ ਉਹਦੇ ਹੱਥ ਨਾਲ ਕਿ ਉਹ ਆ ਜਾਏ ਮੇਰਾ ਵੀਰ ਦੂਜਾ ਭਰਾ ਨੂੰ ਹੱਥ ਬੰਨ ਕੇ ਬੇਨਤੀ ਆ ਕੋਈ ਸਵਾਦ ਲੈਣ ਵਾਲਾ ਤਾਂ ਇਹਦੇ ਤੇ ਫੋਨ ਲਾਵੇ ਨਾ ਜੈ ਜੈ ਗੱਲ ਆ ਕਿਉਂ ਬਾਈ ਆਹ ਬਾਲਾ ਜਾਨਵਰ ਟੋਕਦਾ ਯਾਰ ਪੂਰਾ ਦੁੱਧ ਪਿਆ ਕੇ ਚੋਊਗਾ ਨੀਲੀ ਦਾ ਵੀ ਤਾਂ ਘਟਾ ਗਿਆ ਵਿੱਚ ਹੈ ਨਾ ਬਿਲਕੁਲ ਬਾਈ ਯਾਰ ਸੌਂਕੀ ਬੰਦਾ ਲਓਗੇ ਜਿਹਨੂੰ ਕੋਈ ਮਾੜਾ ਬੰਦਾ ਕਹੀ ਮੈਂ ਰੱਖ ਲੂੰ ਨਹੀਂ ਕਿਉਂਕਿ ਬਾਕੀ ਝੋਟੀ ਨੀਲੀ ਦਾ ਵੀ ਮਿਲਕ ਬਿਊਟੀ ਚ ਪੈਂਦੀ ਹੈ ਬਾਈ ਕਾਸ਼ੇ ਚ ਪਾਲੇ ਕੋਈ ਕੱਢ ਦੇ ਖਹਿਬਾਜੀ ਚ ਕੋਈ ਖਹਿਬਾਜੀ ਵਾਲਾ ਵੀ ਨਹੀਂ ਕੱਢ ਸਕਦਾ ਬੰਦਾ ਸਟੈਂਡ ਲੈ ਸਕਦਾ ਵੀ ਤੂੰ ਕੱਢੀ ਕਿਹੜੇ ਪਾਸਿਓਂ ਰਿੰਗ ਚੋਂ ਹੱਥ ਧਰਾਹੇ ਨਹੀਂ ਕਿਸੇ ਪਾਸੇ ਬਾਈ ਯਾਰ ਸਾਰਾ ਕੁੱਲ ਨਿਸ਼ਾਨੀ ਏ ਟੂ ਜ਼ੈਡ ਲਾ ਪੂਸ ਤੋਂ ਲੈ ਕੇ ਸਿੰਗਾ ਬੜੀ ਹੱਕ ਕਹੇ ਨੂੰ ਕਰੀ ਆ ਸਕਲਾ ਕਹਿ ਦਿੰਦਾ ਦੇ ਟਿੱਲੋ ਇਥੇ ਬੱਲਣਾ ਨੂੰ ਨਹੀਂ ਦੇਣਾ ਰੱਬਾਂ ਕਹਿ ਰਹੇ ਆ ਦੇ ਖੱਬੀ ਨਾਸ ਹੋ ਗਈ ਹੈ ਜੀ ਦੁੱਧ ਕਿੰਨਾ ਹੁਣ ਥੱਲੇ ਹੁਣ ਬਾਈ ਯਾਰ ਅਗਲਾ ਕੋਈ ਸਾਰਿਆਂ ਥੱਲੇ ਇੱਕੋ ਜਗ੍ਹਾ ਜਾਂਦਾ ਰੱਬ ਦੀ ਕਿਰਪਾ ਨਾਲ ਸਾਰੀਆਂ 15 ਦੇ ਗੇਟ 'ਚ ਫਿਰਦੀਆਂ ਤੇ ਇਹਦੀ ਪੂਛ ਟੁੱਟੀ ਵੀ ਕਹੇ ਨਿੱਕੀ ਜੀ ਉਹ ਭਰਾਵਾ ਟੁੱਟੀ ਕਾਹਨੂੰ ਹਾਲ ਹੈ ਇਹ ਮੋਹਰਾ ਜਾ ਗਈ ਜਮਾ ਹਨਾ ਔਰ ਬਾਈ ਯਾਰ ਜਿਹੜੀ ਤੇ ਉਹਦੀ ਆਪਾਂ ਗੱਲ ਕਰੀਏ ਨੀਲੀ ਦਾ ਵੀ ਪੂਛ ਥੱਲੇ ਲੱਗਦੀ ਆ ਉਹ ਬਾਈ ਥੱਲੇ ਵੀ ਲੱਗੂ ਗੋਡਾ ਖੁੱਚਾਂ ਤੋਂ ਉੱਤੋਂ ਤੀਕਰ ਖੁੱਚਾਂ ਤੋਂ ਥੱਲੇ ਜਿਵੇਂ ਆਇਆ ਕਿਵੇਂ ਪੇਂਟ ਕਰਕੇ ਨਹੀਂ ਚੀਜ਼ ਬਣਾਈ ਹੁੰਦੀ ਜੈ ਜੈ ਗੱਲ ਉਹ ਗੱਲ ਆ ਬਾਈ ਯਾਰ ਇਹਨੂੰ ਬਾਹਰ ਲਿਆ ਤੋੜ ਕੇ ਜਮਾ ਸੀ ਦੰਦ ਸੋ ਆਪਾਂ ਦੇ ਦੰਦ ਵੀ ਦਿਖਾ ਦਿੰਦੇ ਹਨਾ ਬਾਈ ਰਹਿ ਦੇ ਨਾਲ ਸੀ ਦੰਦ ਉਹ ਲੋਕਾਂ ਦਾ ਝੂਠ ਨਾ ਮਾਰਿਆ ਨਾ ਮਾਰਨਾ ਆਹ ਖੜੀਆਂ ਮੂੰਹ ਦੀ ਪੋਲੀ ਸਿੰਘਾਂ ਬਿਲ ਦੀ ਪੰਜੀ ਲੰਘ ਜੇ ਤਾਂ ਠੀਕ ਹੈ ਨਾ ਤੋੜ ਲਿਆ ਬਾਹਰ ਮੇਰੇ ਐਡੀ ਕੁ ਜੈਲੀ ਆ ਬਾਈ ਠੀਕ ਹੈ ਕਹਿ ਤਾਂ ਹਰੇਕ ਦਿਨ ਦਾ ਮੈਂ ਹਰਿਆਣੇ ਦਾ ਆਪਾਂ ਪੱਟ ਕੇ ਦਿਖਾ ਤੇ ਕੰਨੀਆਂ ਖੜੀਆਂ ਲੋਕ ਯਾਰ ਇਥੋਂ ਲੈ ਕੇ ਪੰਜਾਬ ਚੋਂ ਹਰਿਆਣੇ ਨੂੰ ਕਹੀ ਜਾਂਦੇ ਆ ਜਿਹੜਾ ਮੇਨ ਹਰਿਆਣਾ ਹੋ ਆ ਫਿਰਦੀ ਯਾਰ ਦੂਜਾ ਸੂਆ ਰਹੇ ਨਾਲ ਹਨਾ ਮਗਾ ਯਾਰ ਬਾਈ ਇਹਦੇ ਵਿਚਾਰ ਨਾ ਪਾਲ ਕੇ ਕਹਿੰਦੇ ਅਸੀਂ ਹਰਿਆਣੇ ਚੋਂ ਲਿਆਏ ਆ ਹਰਿਆਣੇ ਦੀ ਮੇਨ ਖਾਸੀਅਤ ਗਾਲਾ ਇੱਥੇ ਖੜੀ ਦੇ ਬਿਨਾ ਬੱਚੇ ਤੋਂ ਆਏ ਬਹਿ ਜੀ ਤੇ ਥੱਲੇ ਫੋਰ ਵੇ ਫੋਰੀ ਆ ਮਗਾ ਢਿੱਲੋ ਦਾ ਯਾਰ ਝੋਟੀ ਨੇ 18 15 ਕਿਲੋ ਤੋਂ ਬਾਹਰ ਦੁੱਧ ਹੁਣ ਹੈਗਾ ਥੱਲੇ ਬਾਈ 14 ਮੰਨ ਕੇ ਅਗਲਾ ਆਵੇ ਦੂਰੋਂ ਲੋਕ ਆਉਂਦੇ ਨੇ ਹਨਾ ਵਿਸ਼ਵਾਸ ਕੋਈ ਚੀਜ਼ ਆ ਵੈਸੇ ਤਾਂ ਪਰ ਇੱਕ ਤੈਨੂੰ ਗੱਲ ਦੱਸਤੀ ਵੀ 15 ਨਾ ਮੰਨ ਕੇ ਆਵੇ 14 ਮੰਨ ਕੇ ਆਜੋ ਦੁੱਧ 18 ਦੇ ਦੂ ਦੁੱਧ 18 ਕਿਲੋ ਦੇ ਦੂ ਮਹਾ ਯਾਰ ਬਾਈ ਕਿਲੋ ਇੱਕ ਤਾਂ ਅਗਲਾ ਕਹਿ ਦਿੰਦਾ ਬੱਚਾ ਆ ਗਿਆ ਕੱਟਾ ਹਨਾ ਕੱਟਾ ਬਾਈ ਤੇ ਚੋਣ ਪਸਵਾ ਪਤਾਰਾ ਮਾਰ ਕੇ ਦਿਖਾ ਦੇ ਢਿੱਲੋ ਇੰਨੇ ਕੁ ਲੋਕਾਂ ਦੇ ਫੋਨ ਆਏ ਪਏ ਨੇ ਕਹਿੰਦੇ ਰੁਪਏ ਖਾਤਿਆਂ ਚ ਵਾਲਾ ਪਰ ਲੋਕਾਂ ਦਾ ਕੀ ਫਰਕ ਤਾਂ ਕਰਨੇ ਨਹੀਂ ਲੈ ਆ ਹੁੰਦੀ ਆ ਚੀਜ਼ ਅਗਲਾ ਕਹੇ ਤਾਂ ਹਰੇਕ ਦਿੰਦਾ ਰਹਿਜ ਨਾਲ ਪੱਟ ਕੇ ਨਹੀਂ ਕੋਈ ਦਿਖਾਉਂਦਾ ਅਗਲਾ ਦੂਰੋਂ ਜੇ ਦਿਖਾਈ ਜਾਂਦਾ ਹੁੰਦਾ ਕੰਨੀਆਂ ਖੜੀਆਂ ਰਹੀ ਨਾਲ ਦੂਜਾ ਸੂਆ ਜਮਾ ਬਿਲਕੁਲ ਦੁੱਧ 15 ਤੋਂ ਪਾਰ ਹੈਗਾ ਹੁਣ ਬਾਈ 14 ਮੰਨ ਕੇ ਆ ਜੇ ਦੁੱਧ 15 15.5 ਸਫਰ ਵਾਲੇ ਚੋਂ ਆਈ ਇਹਦੇ ਆਪਾਂ ਪੈਸੇ ਕਿੰਨੇ ਲੈਣੇ ਆ ਢਿੱਲੋ ਮੁੱਲ ਲੋਕਾਂ ਨਾਲ ਤਾਂ ਕਰਨੇ ਨਹੀਂਗਾ ਊਂ ਤਾਂ ਝੋਟੀ ਤੈਨੂੰ ਵੀ ਪਤਾ ਵੀ ਲੋਕ ਤਾਂ ਇਹ ਜਿਹਾ 2.5-3 ਨੰਬਰ ਸਰਦਾ ਕਰਕੇ ਮੰਗੀ ਜਾਂਦੇ ਆਪਾਂ ਵੱਟ ਕੇ ਜੇਬ 'ਚ ਪਾਉਣਾ ਝੋਟੀ ਦਾ 1,70,000 1,70,000 ਜੇਬ 'ਚ ਪਾਉਣਾ ਇਹਦਾ ਇਹਦਾ ਬੱਚਾ ਕਿਹੜਾ ਆ ਗਿਆ ਮੂਹਰੇ ਖੜਾ ਬਾਈ ਬੱਚਾ ਆ ਗਿਆ ਹਜੇ ਉਤਰਨਾ ਹੀ ਆ ਇਹ ਆ ਕੇ ਕਰਕੇ ਕੈਮਰਿਆਂ 'ਚੋਂ ਕੱਢ ਸਕਦਾ 5:30 ਵਜੇ ਗੱਡੀ ਆ ਕੇ ਖੜੀ ਆ ਰਾਤ ਕੱਲ ਸ਼ਾਮ ਦੀ ਚਵਾਈ ਕਰਕੇ ਲੈ ਕੇ ਆਇਆ ਸਾਂ ਬਾਈ 8:30 ਚਵਾਈ ਕਰਕੇ ਕੈਮਰਿਆਂ 'ਚ ਵਿੱਚ ਗੱਡੀ ਜਾਂਦੀ ਤੇ ਆਉਂਦੀ ਗੱਡੀ ਦਿਖਾ ਦੂੰ ਉਤਰ ਦੀਆਂ ਮਈਆਂ ਦਿਖਾ ਦਾਂਗੇ ਇਹ ਤਾਂ ਆਪਾਂ ਜੈ ਗੱਲ ਆ ਤੇ ਅੱਗੇ ਆਪਾਂ ਇਹਦੇ ਧਾਰ ਧੂਰ ਚਵਾਈ ਚਵੀ ਦਾ 1 ਨੰਬਰ ਹੀ ਆ ਮਾਰ ਕੇ ਦਿਖਾ ਦਿੰਦੇ ਸੋ ਵੀਰੋ ਬੱਚਾ ਚਾਹੁੰਦਾ ਦੇਖ ਸਕਦਾ ਧਾਰਾ ਆਪਾਂ ਮਾਰ ਕੇ ਦਿਖਾਉਣੇ ਫਿਰ ਮਾਰ ਦੇ 4 ਧਾਰਾ ਥੱਲੇ ਦੀਆਂ ਸੋ ਧਾਰਾ ਕਿੰਨੇ ਕਿੰਨੇ ਨਾਗ ਦੀਆਂ ਮਾਰ ਕੇ ਦਿਖਾਵਾਂਗੇ ਕਿਉਂਕਿ ਲੱਖ ਤੋਂ ਬਾਹਰ ਦੀਆਂ ਸਾਰੀਆਂ ਕੀਮਤਾਂ 83 ਰੁਪਏ ਰੇਟ ਦਾ ਫੂਕ ਕੇ ਬੰਦਾ ਆਉਂਦਾ ਤੇ ਚੋਣ ਚਵਾ ਦੇਖੋ ਹਣਾ ਦੋ ਬੰਦੇ ਬਿਠਾਉਂਦੀ ਐ ਇਹ ਮਹਾ ਯਾਰ ਬਾਈ ਹੁਣੇ ਆਊਗਾ ਯਾਰ ਜੋ ਆਊਗਾ ਤਾਂ ਪਰਾ ਥਾਂ ਦੇ ਝੋਟੀ ਨੂਰੇ ਮੂਰੇ ਤੋਂ ਥਾਂ ਲੈ ਸੁਭਰ ਚਵਾਈ ਦੇਖੋ ਜਮਾ ਯਾਰ ਬਾਈ ਕਿਲੋ ਇੱਕ ਤਾਂ ਕਹਿਣਾ ਯਾਰ ਠੀਕ ਐ ਵੀ ਦੋ ਜਾਣੇ ਬਹਿ ਕੇ ਜੋਨੇ ਆ ਜਮਾ ਇਹਨੂੰ ਉਹ ਭਰਾਵਾ
ਠੀਕ ਹੈ ਤੇ ਇਹਦਾ ਰੇਟ ਕਰਿਆ 1,70,000 ਇਹ ਨਹੀਂ ਆ ਬਾਈ ਇਹ ਤਾਂ ਲੋਕਾਂ ਦੀ ਹਿੰਡ ਭੰਨਣੀ ਆ ਜਿਹੜੇ ਇੱਥੇ ਲੋਕਾਂ ਨੂੰ ਹੀ ਠੱਗੀ ਜਾਂਦੇ ਨੇ ਉਹਦਾ ਕਰਕੇ 3-4 ਲੱਖ ਨਹੀਂ ਆਪਾਂ ਮੰਗਣਾ ਮਹਾ ਜੱਟੀ ਲਵਾ ਚੀਜ਼ਾਂ ਦੇਖੀ ਸੋ ਲੇਵਾ ਦੇਖੋ ਲੇਵਾ ਸਾਫ ਸੁਥਰਾ ਤੇ ਅੱਗੇ ਪਿੱਛੇ ਦਾ ਜੋ ਫੁੱਟ ਫੁੱਟ ਅਗਲਾ ਕਹਿੰਦਾ ਉਹਨਾਂ ਇਹਦੇ ਪਾ 1.5 ਫੁੱਟ ਸੋ ਆ ਚੀਜ਼ਾਂ ਜਮਾ ਕਿਆ ਵਾ ਤਾਂ ਸਾਫ ਸੁਥਰੀ ਤੇ ਬਾਕੀ ਇੱਕ ਚੀਜ਼ ਹੋਰ ਦਿਖਾ ਦਾਂ ਮੂਰੇ ਸਾਥੀ ਵਗੈਰਾ ਭੋਰਾ ਨਹੀਂ ਪਤਲੇ ਕੁੰਬੜੇ ਦੇ ਆ ਗਏ ਜਮਾ ਹਣਾ ਇਹਦੇ ਫੁੱਟ ਪੈਂਦਾ ਥਣਾ ਚ ਠੀਕ ਹੈ ਅੱਗੇ ਆ ਗਈ 4 ਨੰਬਰ 4 ਨੰਬਰ ਥੱਲੇ ਹੈਗਾ ਬਾਈ ਹੁਣ 16-17 ਕਿਲੋ ਦੁੱਧ ਝੋਟੀ ਥੱਲੇ 5 ਦਿਨਾਂ ਦੀ ਛੂਈ ਆ 16 ਕਿਲੋ ਦੁੱਧ ਚੋਣ ਵਾਲਾ ਇਹ ਥੱਲੇ ਹਾਜ਼ਰ ਆ ਗੋਲੀ ਆ ਬਾਈ ਯਾਰ 5 ਦਿਨਾਂ ਦੀ ਛੂਈ ਆ ਠੀਕ ਹੈ ਤੇ ਇਹਦੇ ਆਪਾਂ ਹੁਣ ਗੱਲ ਕਰੀਏ ਬੱਚਾ ਕੀ ਜਮਾ ਕਰੇ ਇਹਦੇ ਮਗਰ ਕੱਟਾ ਫਰਾ ਠੀਕ ਆ 5 ਦਿਨਾਂ ਦੀ ਛੂਈ ਵੀ ਥੱਲੇ ਦੁੱਧ ਚੋਣ ਵਾਲਾ 16 ਕਿਲੋ ਦੁੱਧ ਕੰਡੇ ਧਰਦੀ ਆ ਮਿਣ ਕੇ ਦੇਵਾਂਗੇ ਉਹ ਤਾਂ ਬਾਈ ਉਹ ਪਿਆ ਯਾਰ ਉੱਥੇ ਆਪਣਾ ਤਾਂ ਲੋਕਾਂ ਦੇ ਝੂਠ ਤਾਂ ਲੀਟਰ ਲੂਟਰ ਤਾਂ ਪਾਉਣੇ ਨਹੀਂ ਯਾਰ ਕੰਡੇ ਤੇ ਹੀ ਧਰਨਾ ਠੀਕ ਆ ਕੰਡੇ ਧਰ ਕੇ ਦੇਣਾ ਜਮਾ ਬਿਲਕੁਲ ਕਿੱਥੇ ਇੰਨਾ ਮਾਲ ਤੋਣਾਂਗੇ ਮੈਂ ਕਹਿੰਦਾ ਖਰੀਦ ਖਰਿਆ ਆ ਕਿ ਉੱਥੇ ਇਹਦਾ ਰੇਟ ਦੱਸ ਦੇ ਤਾਂ ਕੀ ਆ ਬਾਈ ਮੁੱਲ ਦਾ 2,05,000 ਰੁਪਿਆ ਮਾਨਤਾਂ ਮਾਨਤਾਂ ਆਇਆਂ ਦਾ ਕਰਾਂਗੇ ਕੋਲੇ ਬੰਦਾ ਆ ਕੇ ਝੂਟੀਆਂ ਦੇਖੇ ਯਾਰ ਨਜ਼ਾਰਾ ਤਾਂ ਫੇਰ ਆ ਬਾਈ ਮਨ ਕੇ ਮੈਂ ਆਨਲਾਈਨ ਦੀਆਂ ਵੇਚ ਕੇ ਘੱਟ ਹੋ ਜਾਂਦੇ ਲੋ ਜਦੋਂ ਕੁਆਲਿਟੀ ਪਤਾ ਲੱਗਦਾ ਨਾ ਕੋਲੇ ਪਤਾ ਲੱਗਦਾ ਇੱਥੇ ਤਾਂ ਹਰੇਕ ਜ਼ੂਮ ਕਰ ਕਰ ਦਿਖਾਉਂਦਾ ਜਾਇ ਗੱਲ ਤੇ ਥਾਲ ਤੁਮ ਦਿਖਾ ਦੇ ਨੇੜ ਤੋਂ ਹਣਾ 1000 ਕਿਲੋ ਬੱਚਾ ਪਿੱਛੇ ਖੜਾ ਨੇ ਤੈਨੂੰ ਚੋਕੇ ਦਿਖਾਉਂਦਾ ਪਰ ਬਾਹਲਾ ਬੱਚੇ ਨਾਲ ਲਾ ਹੋਣਾ ਜਮਾ ਕਰ ਆਪਾਂ ਗਾਂਜਾ ਵੀ ਦਿਖਾਉਣ ਜਾਣਾ ਗਾਂਜਾ ਚਲ ਪਾ ਟੱਡ ਬਣਾ ਲਾਂਗੇ ਤੇ ਅੱਗੇ ਵੇ ਇਹਦੀ ਗੱਲ ਕਰਾਂ ਝੋਟੀ ਦੀ 5 ਨੰਬਰ ਵਾਲੀ ਦੀ ਬਾਈ ਇਹ ਝੋਟੀ ਇਹੋ ਜੇ ਘਰੋਂ ਲਈ ਆ ਠੀਕ ਹੈ ਬਸ ਇੱਕ ਬੰਦੇ ਨੇ ਮੋਹ ਪਿਆਰ ਨਾਲ ਭੇਜਤੀ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਹੁਣੇ ਨੂੰ ਸੂਈ ਨੂੰ ਝੋਟੀ ਨੂੰ ਹੋ ਗਏ 10 ਤੋਂ 11 ਦਿਨ ਠੀਕ ਹੈ ਚੀਜ਼ ਦਿਖਾ ਦੇ ਠੀਕ ਹੈ ਸੀਧਾਂ ਦੇ ਆ ਲੈ ਬਾਹਰ ਲੈ ਇਹਨੂੰ ਕੱਢ ਕੇ ਸੋ ਸਿੰਘ ਮੂੰਹ ਮੱਥਾ ਦੇਖੋ ਕੁੰਡਾ ਸਿੰਘ ਜਮਾ ਜਿਹਨੂੰ ਕਹਿੰਦੇ ਆ ਪੰਜਾਬੀ ਰੁਪਈਆ ਵਾਲੀ ਲੰਘਦਾ ਬੜਾ ਬੱਚੇ ਦਾ ਕਰ ਜਿਆ ਤਾਜੀ ਸੂਈ ਕਰਕੇ ਜੇ ਤੇ ਬਾਕੀ ਥੱਲੇ ਨਾਲਾ ਨੂੜਾ ਵੀ ਦਿਖਾਵਾਂਗੇ ਜੀ ਆਪਾਂ ਸੋ ਦੇਖੋ ਮੂੰਹ ਮੱਥਾ ਲੋਕ ਢਿੱਲੋ ਝੂਠ ਮਾਰ ਮਾਰ ਕੇ ਜੰਮੂ ਦੇ ਘਰਾਂ ਨੂੰ 5-5 ਲੱਖ ਦੀਆਂ ਝੋਟੀਆਂ ਦੇਈ ਜਾਂਦੇ ਨੇ ਆ ਨਮੂਨੇ ਵਗਦੇ ਆ ਹਨਾ ਉੱਥੇ ਝੂਠ ਮਾਰੀ ਜਾਂਦੇ ਅਸੀਂ 5 ਦੀ ਦੇਵਾਂਗੇ 7 ਦੀ ਦੇਵਾਂਗੇ ਉਹੀ ਜੋ ਉਹਨਾਂ ਨੇ ਕਿਹੜਾ ਪੈਸੇ ਦੇਣੇ ਕਿਸ਼ਤਾਂ ਮਾਰੀ ਉਹ ਲਈ ਜਾਂਦੇ ਨੇ ਠੀਕ ਹੈ ਤੇ ਲੇਵਾ ਜਮਾ ਓਕੇ 4x4 ਹਨਾ ਬਈ ਜਿਹੜਾ ਮਰਜੀ ਭਰਾ 18 ਕਿਲੋ ਕੰਡੇ ਧਰ ਕੇ ਦੁੱਧ ਲੈ ਜੇ ਝੋਟੀ ਦਾ 18 ਕਿਲੋ ਇਹਦਾ ਮੁੱਲ ਇਹਦਾ ਵੀ 2-5 ਆ ਬਾਈ 2,05,000 ਮੁੱਲ ਤੇ ਨਾਲਾ ਨੂੜਾ ਬਹੁਤ ਪੈਣੇ ਲਈ ਫਿਰਦੀ ਆ ਜਦੋਂ ਬੱਚਾ ਲੱਗੂ ਨਾ ਉਦੋਂ ਪਤਾ ਲੱਗੂਗਾ ਇਹਦੇ ਫਿਰ ਤਾਂ ਵੀ ਝੋਟੀ ਚੋਈ ਵੀ ਆ ਇਹ ਅੱਛਾ ਬਾਈ ਜਰ ਚਵਾਈ ਹੋਈ ਵੀ ਆ ਵੈਸੇ ਤਾਂ ਵਿੱਚ ਪਾ ਕੇ ਦਾ ਭਰਾ ਨੇ ਆਉਣਾ ਸੀਗਾ ਜਲੰਧਰ ਕੋਲੋਂ ਇਹਦੀ ਚਵਾਈ ਹੋਈ ਵੀ ਆ ਠੀਕ ਹੈ ਸਰ ਜਿਹੜਾ ਮਰਜ਼ੀ ਭਰਾ ਰਹੇ A to Z ਤੇਲ ਖਰਚਾ ਦੇਵਾਂਗੇ ਇਹਦਾ ਤਾਂ ਆਪਾਂ ਜਾਇਜ਼ ਗੱਲ ਇਹ ਥੱਲੇ ਹੁਣ 16 ਤੋਂ ਬਾਅਦ ਹਾਜ਼ਰ ਆ 18 ਬਾਈ ਯਾਰ ਸੋ 18 ਕਿਲੋ ਦੁੱਧ ਇਹ ਥੱਲੇ ਕੰਡੇ ਧਰਮਾ ਹਾਜ਼ਰ ਆ ਤੇ ਲੇਵੇ ਦੀ ਸਾਫ ਸੁਥਰੀ ਆ ਉਹਦਾ ਯਾਰ ਇਹ ਜਾਂ ਮਾਰੂਗੀ ਥਾਨ ਹੁਣ ਤੈਨੂੰ ਪਛਾਣ ਦਾ ਫਾਇਲ ਇਹਦਾ ਕੋਲੇ ਆ ਕੇ ਬੰਦਾ ਲਵੇ ਮੈਂ ਨਹੀਂ ਕਹਿੰਦਾ ਆਨਲਾਈਨ ਮੰਗਵਾਓ ਯਾਰ ਇਹਨਾਂ ਨੂੰ ਕੋਲੇ ਆ ਕੇ ਦੇਖੋ ਜਦੋਂ ਆ ਕੇ ਕੋਲੇ ਚੀਜ਼ ਫਿੱਟ ਆਊਗੀ ਬੰਦੇ ਦੇ ਬਾਈ ਯਾਰ ਫਾਇਦਾ ਤਾਂ ਉਦੋਂ ਆ ਜਦੋਂ ਸਾਹਮਣੇ ਇੱਥੇ ਤਾਂ ਹਰੇਕ ਜ਼ੂਮ ਕਰ ਕਰ ਦਿਖਾਉਂਦਾ ਆ ਮੈਂ ਹੁਣੀ ਜੋਈ ਆ ਠੀਕ ਹੈ ਹੋ ਗਿਆ ਇਹਦਾ ਪ੍ਰਾਇਜ਼ ਦਾ ਇਹ ਵੇਖ ਗਈ ਹਨਾ ਹਾਂ ਇਹਦਾ ਸੌਦਾ ਇਹਦੇ ਮਾਂ ਦੇ ਨਵਾਬ ਦੀ ਕੱਟੀ ਸੀਗੀ ਠੀਕ ਹੈ ਤੇ ਇਹ ਮਹਿਲੇ ਪਾਪੜੇ ਤੋਂ ਲਈ ਸੀਗੀ ਬਾਈ ਠੀਕ ਹੈ ਹਾਂ ਇਹ ਮੈਂ ਆਪਾਂ ਸ਼ੇਅਰ ਕਰਤੀ ਬਾਈ ਬਹੁਤ ਚੰਗੀ ਮੈਂ ਸੀ ਜਾਇ ਗੱਲ ਅੱਗੇ ਆਪਾਂ ਗਾਈਆਂ ਦੀ ਗੱਲ ਕਰ ਲਈਏ ਗਾਈਆਂ ਜਾ ਜਾ ਵੀਰਾ ਜਿਹੜੀ ਪਹਿਲੇ ਨੰਬਰ ਦੀ 2 ਕਿਲੋ ਚਲਾ ਚਲਾ ਚਲੀ ਜਾਂਦੀ ਆ ਵਿੱਚ ਲੋਕ ਝੂਠ ਮਾਰ ਦਿੰਦੇ ਨੇ ਅਸੀਂ 3 ਦੀ 2.5 ਦੀ 1,30,000 ਦੀ ਝੋਟੀ ਦਿੱਤੀ ਆ ਆਹਾ 1,30 ਦੀ ਮਾਰ ਕੱਟੀ ਦੇਖ ਨਾਲੇ 1,30 ਦੀ ਬਸ ਮਨੂੰ ਕਹਿ ਕੇ ਨਾਲੇ ਕੱਟੀ 14 ਕਿਲੋ ਦੁੱਧ ਮਿਲ ਕੇ ਕੱਟੀ ਦੇ ਕੇ ਇੱਥੇ ਦੁੱਧ ਨਾ ਪਲੇ ਬੱਚੇ ਨੇ ਹੋਣੀ ਵੀ ਐਵੇਂ ਬੱਚੇ ਬੱਦਲੀ ਚੱਲ ਲਈ ਜਾਵਾਂਗੇ ਉਹ ਗੱਲਾਂ ਨਾ ਕਰਨੀਆਂ ਨਹੀਂ ਆ ਕੱਟੀ ਕੱਦ ਕੁਤੇ ਬੜਾ ਦਬ ਤਕੜਾ ਹਨਾ ਬਾਈ ਯਾਰ ਤੈਨੂੰ ਦੱਸਤਾ ਵੀ ਲੋਕ ਬਾਹਰ ਨਹੀਂ ਜਾਣਦੇ ਨੇ ਲੋਕਾਂ ਦੇ ਇਹਨਾਂ ਵੀ ਗਰਜੀਬ ਕਿੱਧਰ ਗਿਆ ਇਹ ਮੈਂ ਜੰਮੂ ਬਹੁਤ ਮਾਲ ਵੇਚ ਲਿਆ ਬਸ ਕੋਈ ਕੰਮ ਕਰਕੇ ਹੁਣ ਘਰੇ ਮਾਲ ਨਹੀਂ ਰੱਖਣਾ ਘਰੇ ਮਾਲ ਕਰਕੇ ਮਾਲ ਵਿਕਰੀ ਵਾਲਾਣੇ ਛੇ ਲਿਆ ਜਾਂਦਾ ਜੈ ਗੱਲ ਹੁਣ ਉੱਧਰ ਤੈਨੂੰ ਪਤਾ ਸਾਹਮਣੇ ਗਾਈਆਂ ਦੀ ਡੈਰੀ ਆ ਮੰਗਾ ਉੱਧਰ ਖੜੀਆਂ ਨੇ ਬਹੁਤ ਵਾਰ ਠੀਕ ਅੱਗੇ ਆਪਾਂ ਇਹਦੀ ਗੱਲ ਕਰੀਏ ਗਾਂ ਦੀ ਦੇਖ ਭਰਾ ਜੇ ਤਾਂ ਮਰਵਾਉਣੇ ਲੋਕਾਂ ਦੇ ਗੱਪ ਠੀਕ ਹੈ ਫਾਰਮ ਵਾਲੇ ਗੱਪ ਉਹਦਾ ਫਾਇਦਾ ਕੋਈ ਨਹੀਂ ਸਪੈਸ਼ਲ ਫਾਰਮ ਜੋ ਆਪਦੇ ਖਾਸ ਬੰਦੇ ਤੋਂ ਲਈ ਆ ਐਂ ਲਾ ਲਾ ਵੀ ਮੇਰਾ ਕੱਦ ਕਿੱਡਾ ਤੇ ਤੂੰ ਬੈਠ ਦਿਖਾ ਦੇ ਤੇ ਬੈਡ ਪੂਰੀ ਸਾਫ ਸੁਥਰੀ ਓਕੇ ਆ ਹਨਾ ਇੱਥੇ ਲੋਕ ਮੰਗਦੇ ਨੇ 5 ਲੱਖ ਜੀ 7 ਲੱਖ ਜਿਵੇਂ ਭਾਰਤ ਦਾ ਨਕਸ਼ਾ ਹੁੰਦਾ ਕੱਲੀ ਕੱਲੀ ਨਾੜ ਕੰਨ 'ਚ ਟੋਕਨ ਲਾ ਤਰੀਕ ਦਿਨ ਟੀਕਾ ਸਾਰਾ ਕੁਝ ਦੇ ਵਿੱਚ ਆ ਠੀਕ ਹੈ ਐਂ ਲਾ ਲਾ ਵੀ ਇੱਥੇ ਟੁੱਟਵੇਂ ਜੇ ਲੈ ਜਾਣ ਵਾਲਿਆਂ ਨੂੰ ਕਹਿ ਦਿੰਦੇ ਨੇ ਬਾਈ 65 ਦੇ 70 ਕਿੰਨਾ ਦੁੱਧ ਦੇ ਦੂਗੀ ਬਾਈ ਦੇਖ ਗਾਣਾ ਦੁੱਧ ਹੁੰਦਾ ਸੇਵਾ ਦਾ ਜਾਇ ਗੱਲ ਇਹ ਹੁਣ ਤੈਨੂੰ ਵੀ ਪਤਾ ਜਿਹੜਾ ਭਰਾ ਲਊਗਾ ਇਹਨੂੰ ਪੂਰਾ ਟੌਪ ਦਾ ਬੰਦਾ ਲਊਗਾ ਜਾਇ ਗੱਲ ਜਿਹਨੇ ਬਰੀਡ ਤਿਆਰ ਕਰਨੀ ਆ ਕੰਨ 'ਚ 40 ਆਪਾਂ ਨੂੰ ਗਾਈਆਂ ਬਾਰੇ ਵੀ ਨੌਲੇਜ ਨਹੀਂ ਆ ਦੇਖਣਾ ਆਪਾਂ ਨੂੰ ਨਹੀਂ ਨੌਲੇਜ 40-16 ਦਾ ਸਿਰਸਰ ਸੀਮਨ ਲੱਗਿਆ ਵਾ ਸਿਰਸਰ ਸੀਮਨ ਇਹ ਤੂੰ ਜਿੱਡ ਬਾਇਓ ਡਾਟਾ ਦੇ ਉੱਤੇ ਲਿਖਿਆ ਵਾ ਪਹਿਲੇ ਸੂਏ 47 ਕਿਲੋ ਦੁੱਧ ਕੱਢਿਆ ਮੈਂ ਨਹੀਂ ਕਹਿੰਦਾ ਇਹ 55 ਕੱਢੂ 60 ਕੱਢੂ ਸੇਵਾ ਦਾ ਮੰਨ ਕੇ ਜਿਹਨੂੰ ਪਰਖਾ ਉਹ ਲੈ ਜਾ ਪਰ ਇੰਨਾ ਕੁ ਪਤਾ ਵੀ ਬੈਠਦਾ ਜਿਹੜਾ ਲੇਵਾ ਲੱਗਿਆ ਉਹ ਟੁੱਟ ਮਾ ਜਾਂਦਾ ਸਵੈਲਿੰਗ ਹੈ ਨਹੀਂ ਬਾਈ ਯਾਰ ਠੀਕ ਹੈ ਬੈਠਦੇ ਦਿਨ ਵਾਲੇ ਪਏ ਨੇ ਉਹ ਤਰੀਕਾ ਇਹ ਤੂੰ ਜਿੱਡ ਚੜਨਾ ਕਹਿਣ ਦਾ ਭਾਵ ਆਪਾਂ ਕੀ ਕਹਿੰਦੇ ਕਿੰਨਾ ਦੁੱਧ ਦੇ ਦੂਗੀ ਬਾਈ ਯਾਰ ਮੈਨੂੰ ਲੱਗਦਾ 55 ਕਿਲੋ ਦੁੱਧ ਚਾਹੀਦਾ ਰੇਟ ਇਹਦਾ ਕੀ ਰੱਖਿਆ ਦੇਖ ਬਾਈ ਢਿੱਲੋ ਲੋਕਾਂ ਦਾ ਨਾ 2 ਮੰਗਣਾ ਨਾ 3 ਮੰਗਣਾ 2.5 ਲੱਖਾਂ ਦਾ
ਜੇ ਆਪਾਂ ਤੋੜ ਲਾ ਕੇ ਪੱਕਾ ਥਾਂ ਤੇ ਰੱਖਣਾ ਜਾਵੇ ਇੱਥੇ ਨਾ ਮੇਰੀ ਗੱਲ ਸੁਣ ਲਾ 28 ਤਰੀਕ ਨੂੰ ਬੈਠਦੇ 9 ਮਹੀਨੇ ਪੂਰੇ ਹੋਣੇ ਨੇ ਦੇਰ ਬਹੁਤ ਵਧੀਆ ਸਰ ਜੀਵਨ ਲੱਗਿਆ ਵਾ ਅੱਜ ਤਾਂ 15-16-15 ਹੋਈ ਅੱਜ ਵੋਟਾਂ ਪੈ ਗਈਆਂ ਕੁਝ ਵੀ ਨਹੀਂ ਬਣੀ ਬੈਠ ਜੇ ਤੂੰ ਅਗਲਾ ਕਹਿੰਦੇ ਨੇ ਇਹ ਲੋਕ ਕਹਿੰਦੇ ਜੇ ਖੁੱਲੀ ਛੱਡੀ ਬਣਦੀ ਆ ਜਿਵੇਂ ਮਰਜ਼ੀ ਪੁਲਸਿਓ ਇਹ ਫਾਰਮ ਚ ਆਈ ਆ ਜਿਹੜੀ ਚੀਜ਼ ਆ ਯਾਰ ਬਰੀਡ ਤਾਂ ਬਰੀਡ ਰਹੂਗੀ ਤਾਂ ਇਹ ਨਹੀਂ ਆਏ ਬਿੰਗਾ ਡੇਟਾ ਭਾਜਦੀ ਇੱਥੇ ਲੋਕਾਂ ਦੀਆਂ ਬਿੰਗਾ ਡੇਟੀਆਂ ਭੱਜੀ ਜਾਂਦੀਆਂ ਨੇ ਜੇ ਜਿਹੜਾ ਕੋ ਮਰਜ਼ੀ ਖਾਣ ਪੀਣ ਦੀ ਉਹ ਮਹਾਂ ਤੇ ਯਾਰ ਉਹ ਤਾਂ ਆਪਾਂ ਨਾ ਝੂਠ ਦਾ ਵਪਾਰ ਕਰਨਾ ਨਾ ਕਰਿਆ ਬੈਠਦਾ ਥਣ ਥਨੌੜ ਤੂੰ ਐਂ ਦਿਖਾ ਸਾਫ ਸੁਥਰੀ 4x4 ਜਾ ਉਹ ਯਾਰ ਬਾਈ ਕਿਲੋ ਇਹਨੇ ਨਾ ਦਿੱਤਾ ਐ ਨਹੀਂ ਪਤਾ ਕਰਮ ਵਾਲੀ 60 ਦੇ ਜੇ ਜੇ ਗੱਲ ਅੱਗੇ ਆਪਾਂ 2 ਨੰਬਰ ਦੀ ਕਰੀ ਗੱਲ ਲੰਬੀ ਵਾਲੀ ਜਾਣ ਲੱਗ ਗਈ ਆਪਣੀ ਬਹੁਤ ਚੱਲ ਬਸ ਤੇ ਜਿਹੜੀ 2 ਨੰਬਰ ਗਾਂ ਖੜੀ ਆ ਇਹਦੇ ਤੇਰੇ 25 ਕਿਲੋ ਬੋਲੀ ਰਹਿ ਗਈ ਆ ਬਾਈ ਬੱਚਾ ਕੀ ਆ ਬੱਸਾ ਬਾਈ ਠੀਕ ਹੈ ਕਹਿ ਨਾ ਸੂਈ ਵੀ ਬਾਈ ਅੱਜ ਸੂਈ ਦੇ 13 ਦਿਨਾਂ ਦੀ 13 14 ਦਿਨਾਂ ਦੀ ਇਹਦੇ ਥੱਲੇ 25 ਤੋਂ 26 ਕਿਲੋ ਮਿਲ ਕੇ ਤਿਆਰਾ ਮਸ਼ੀਨ ਤੇ ਮਿਲਦੀ ਆ ਠੀਕ ਤੇ ਚੋਕ ਨਹੀਂ ਦੇਖਿਆ 26 ਕਿਲੋ ਕੰਡੇ ਦਾ ਮਾ ਰੇਟ ਕੀ ਰਹੂ ਇਹਦਾ ਦੂਜਾ ਤੂੰ 1,35,000 ਦੀ ਦੇਵਾਂਗੇ ਭਰਾ ਜੇ ਅਗਲਾ ਤੀਜਾ ਨੰਬਰ ਬੈਠ ਅਗੇ ਨਾਰਮਲ ਜ਼ਿਮੀਂਦਾਰਾਂ ਵਾਲੀ ਆ ਗਈ ਬਾਈ ਪਰਸੋਂ ਦੀ ਸੂਈ ਆ ਠੀਕ ਹੈ 16 ਕਿਲੋ ਬੋਲੀ ਅੱਜ ਹਾਜ਼ਰ ਆ ਠੀਕ ਹੈ 20-22 ਕਿਲੋ ਤਾਂ ਦੇਉ ਕੋਈ 30 ਨਹੀਂ 35 ਨਹੀਂ ਕਹਿੰਦੇ 20 ਕਿਲੋ ਠੰਡਾ ਦੇ ਦੂ ਅੱਜ 15-16 ਕਿਲੋ ਹਾਜ਼ਰ ਆ ਬੱਸੀ ਦੇ ਨਾਲ ਉਹਨਾਂ ਨਾਲ ਠੀਕ ਹੈ ਬੋਲੇ ਜਾ ਤੇਰੀ ਠੰਡੀ ਆ ਆਲੇ ਬਾਈ ਦੂਜੇ ਤੀਜੇ ਜਗ ਦੇਣੀ ਆ ਹਾਂ ਹਾਂ ਤੀਜਾ ਲਾਲਾ ਬਾਈ ਚੌਥਾ ਬਣ ਗਿਆ ਅੱਜ ਰੇਟ ਕੀ ਹੈ ਇਹਦਾ ਇਹ ਦੇਵਾਂਗੇ ਬਾਈ ਲੈਣ ਦੇ ਨੇ 70,000 ਰੁਪਿਆ ਉਹ ਲੋਕਾਂ ਵਾਲੇ 90-95 ਨਹੀਂ ਮੰਗਣੇ ਠੀਕ ਹੈ ਅੱਗੇ ਕਾਲੇ ਰੰਗ ਦੀ ਦੇਖੀ ਜਾਂਦੇ ਆਪਾਂ ਇਹ ਕਰੋਸ ਕਹਿਦਾ ਬਾਈ ਹੈ ਨਾ ਠੀਕ ਹੈ ਤੇ ਇਹ ਸੂਈ ਵੀ ਆ 35-40 ਦਿਨਾਂ ਦੀ ਸ਼ਿੰਗ ਦਗਾਤੇ ਆਪਾਂ ਇਹਦੇ ਥੱਲੇ 18 ਕਿਲੋ ਦੁੱਧ ਕੰਡੇ ਧਰਮਾ ਰੇਟ ਇਹਦਾ ਬਾਈ ਬਾਰੀ ਠੰਡੀ ਆ ਹਨਾ ਉਹ ਜਾਨੀ ਤੇ ਫੋਨ ਪਾਤਾ ਬੰਨਿਆ ਕਰਕੇ ਡਰ ਗਈ ਲੈ ਇਹ ਦੇ ਰਾਂ ਕਿਲੋ 57,000 ਦੀ 57,000 ਦੀ ਦੁੱਧ ਕਿਹਦਾ ਉਹ ਲੋ ਦੁੱਧ 18 ਕਿਲੋ ਲੋਕਾਂ ਵਾਲੇ ਬਸਰੂ ਲਾਉਣ ਵਾਲਾ ਕੰਮ ਨਹੀਂ ਬਸ ਉਹ ਲੋਕ ਲਾਲਾ ਬਸਰੂ ਆਪਾਂ ਛੋਟਾ ਲਾ ਸਕਦੇ ਬੱਸੀ ਤਾਂ ਉਗਲੀ ਬਲੀ ਵੀ ਆ ਮਗਰ ਬੱਚੀ ਦਾ 1000 ਦੀ ਹੈ ਬਾਈ ਆ ਕਿਲੋ ਝੂਠ ਮਾਰ ਕੇ ਤਾਂ ਚਾਹੇ 40 ਦੀ ਦੇ ਲਾ ਹਣਾ ਆਪਾਂ ਇਹ ਝੂਠ ਮਾਰ ਕੇ ਕਰੋਸ ਗਾਂ ਮਈਆਂ ਵਰਗਾ ਦੁੱਧ ਆ ਨਿਆਣਾ ਪਾਉਣਾ ਪਾਵੇ ਕੋਈ ਭਰਾ ਨਹੀਂ ਪਾਉਣਾ ਨਾ ਪਾਵੇ ਠੀਕ ਹੈ ਧਾਰਾ ਤੂੰ ਰੈਕ ਨੰਬਰ ਆ ਮਹਾ ਤੇ ਲੋਕ ਤਾਂ ਕੰਮ ਹੀ ਨਹੀਂ ਕਰਨਾ ਇੱਥੇ ਲੋਕ ਲਾਲਾ ਬਸਰੂ ਕਹਿ ਦਿੰਦੇ ਆ ਉਤਰੇ ਹੀ ਗਾਦ ਹਣਾ ਉਹ ਮਹਾ ਤੇ ਲੋ ਉਹ ਕੰਮ ਕਰਨ ਦਾ ਕੀ ਫਾਇਦਾ ਬਿਨਾਂ ਨਾਲੇ ਦੇ ਗਾਂ ਤੋੜੇ ਅਗਲਾ ਜੈ ਗੱਲ ਇਹ 57,000 ਦੀ ਸਿਰਫ ਖਾਂ ਦੇਣੀ ਇਹ ਤੋਂ ਘੱਟ ਨਹੀਂ ਦੇਣੀ 57 ਵੀ 2 ਰੁਪਏ ਬਣ ਜਾ ਕਿਉਂ ਗੱਲ ਵੱਧ ਕੇ ਨਿਕਾ ਲਾ ਬਸਰੂ ਲਾ ਕੇ ਮੈਂ ਭਜਾਂ ਚੱਦ ਵੇਚਣ ਜਾਣ ਦਾ ਕੀ ਫਾਇਦਾ ਬੱਚੀ ਨਾਲ ਬੱਚੀ ਦੋ ਵਾਰ ਪਾਪ ਕਰਕੇ ਕਿੱਧਰ ਜਾਣਾ ਨੰਬਰ ਬੋਲ ਦੇ ਆਪਣਾ 7745711525 ਸੋ ਕੋਈ ਵੀ ਲੱਗ ਤੁਹਾਡੇ ਪਸੰਦ ਦਾ ਦੁੱਲੇ ਵਾਲਾ ਥਾਣਾ ਬਾਈ ਬਿਨਾ ਨਿਆਣੇ ਤੋਂ ਚੋਕੇ ਜਿਹੜਾ ਮਦੂ ਜਾ ਸੁਗਾ ਸੁਈ ਜੈ ਗੱਲ ਆਪਾਂ ਨਾਗ ਵਾਲੇ ਆ ਕੱਲੀ ਕੱਲੀ ਇਨਫੋਰਮੇਸ਼ਨ ਆਪਾਂ ਤੋਂ ਮੋਟੀ ਮੋਟੀ ਡਿਟੇਲ ਲੈਦੀ ਮੇਰਾ ਵੀਰ ਫੋਨ ਉਹ ਲਾਵੇ ਜਿਹੜਾ ਮਾਨਤਾਨ ਭਾਲੂਗਾ ਕੋਈ ਬਾਈ ਬਣ ਕੇ 5-10,000 ਮਾਨਤਾਨ ਦਾ ਫੋਨ ਨਾ ਲਾਵੇ ਜਿਹਨੂੰ ਸਮਾਂ ਚ ਹੋ ਸਕਦਾ ਕਦਰ ਕਰਾ ਸਕਦਾ ਮੋਹ ਪਿਆਰ ਨਾਲ ਅਗਲਾ ਆਪਦੇ ਹੱਥ ਨਾਲ ਛੋੜ ਚੱਕ ਲੈ ਸਾਰੇ ਜੈ ਗੱਲ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ।